ਸਤਿ ਸ੍ਰੀ ਅਕਾਲ ਤੁਹਾਨੂੰ ਦੱਸਾਇਆ ਸਵਕਟਾ ਆਪਣੇ YouTube ਚੈਨਲ HK ਬ੍ਰੀਤੇ ਅੱਜ ਇਸ ਤੋਂ ਅਧ ਦੇ ਲਈ ਜਮਤ 12ਵੀਂ ਦਾ ਜੋ ਇਤਿਹਾਸ ਦਾ ਪ੍ਰਵਾਂਤਨ ਮਨ ਪ੍ਰੀਖਿਆ ਦਾ ਉਹ ਸੀ ਲੈ ਕੇ ਆ ਚੁੱਕੇ ਬਿੱਟੂ ਫੁੱਲ ਸੋਲਵਡ ਜੇਕਰ ਤੁਸੀਂ ਆਪਣੇ YouTube ਚੈਨਲ ਦਾ ਨਵੇਂ ਹੋ ਤਾਂ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਜਿਸ ਨਾਲ ਤੁਹਾਨੂੰ ਆਪਣੇ ਇਸਤਾਨ ਦੇ ਹੋਰ ਵੀ ਮਤਲਬ ਵੀਡੀਓ ਮਿਲਦੇ ਰਹਿੰਦੇ ਗਿਆ ਤੇ ਤੁਹਾਨੂੰ ਦੱਸ ਦਈਏ ਜੇਕਰ ਤੁਹਾਨੂੰ ਇਸ ਪੇਪਰ ਦੀ PDF ਚਾਹੀਦੀ ਆ ਤਾਂ ਆਪਣੇ ਇੱਕ Telegram ਚੈਨਲ ਬਣਾ ਹੋਇਆ ਉਹਦਾ ਲਿੰਕ ਤਾਂ ਡਿਸਕ੍ਰਿਪਸ਼ਨ ਵਿੱਚ ਮਿਲ ਜੂਆ ਤੁਸੀਂ ਉੱਤੇ ਕਲਿੱਕ ਕਰਕੇ ਆਪਣੇ Telegram ਚੈਨਲ ਤੇ ਜੁਆਇਨ ਹੋ ਸਕਦੇ ਹੋ ਤੇ ਚਲੋ ਆਪਾਂ ਪੇਪਰ ਬਣਵਾ ਦਿੰਦੇ ਹਾਂ ਜੋ ਪੇਪਰ ਨੂੰ 80 ਅੰਕ ਦੋ ਤੇ ਸਮਾਂ 3 ਘੰਟੇ ਦਾ ਪਾ ਗੂੜਾ ਹੇਠ ਲਿਖੇ ਪ੍ਰਸ਼ਨ ਦੇ ਉੱਤਰ ਇੱਕ ਸ਼ਬਦ ਜਾਂ ਇੱਕ ਲਾਈਨ ਵਿੱਚ ਦਿਓ ਪਹਿਲਾ ਹੈਗਾ ਪੰਜਾਬ ਦਾ ਸਾਬਦਿਕ ਅਰਥ ਕੀ ਹੈ ਪੰਜ ਦਰਿਆਵਾਂ ਦੀ ਧਰਤੀ ਦੂਸਰੇਗਾ ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਸੀ ਕਿਉਂਕਿ ਇੱਥੇ ਲੰਬੇ ਸਮੇਂ ਤੱਕ ਤੱਕ ਕਬੀਲੇ ਦਾ ਸ਼ਾਸਨ ਰਿਹਾ ਸੀ ਤੀਸਰਾ ਪਰਾਤ ਦਾ ਪ੍ਰਵੇਸ਼ ਦੁਆਰ ਕਿਸ ਨੂੰ ਕਿਹਾ ਜਾਂਦਾ ਹੈ ਇਹਨਾਂ ਸਾਰੇ ਪੰਜਾਬ ਨੂੰ ਅਗੇ ਚੌਥਾ ਪੰਜਾਬ ਦਾ ਇਤਿਹਾਸ ਲਿਖਣ ਸੰਬੰਧੀ ਤਸਕਲਾਂ ਨੂੰ ਪੇਸ਼ ਆਉਣ 바ਦਿਆਂ ਕਿਸੇ ਇੱਕ ਔਂਕੜ ਦਾ ਵਰਨਨ ਕਰੋ ਇਹਦਾ ਅਸਰੇਗਾ ਪੰਜਾਬੀਅਰ ਨੂੰ ਇਤਿਹਾਸ ਲਿਖਣ ਵਿੱਚ ਕਿੱਤ ਦਿਲਚਸਪੀ ਸੀ ਅਗੇ ਪੰਜਵਾਂ ਬਚੀਤਾ ਨਾਟਕ ਦੀ ਰਚਨਾ ਕਿਸ ਨੇ ਕੀਤੀ ਇਹਦਾ ਅਸਰ ਜੂਗਾ ਗੁਰੂ ਗੋਬਿੰਦ ਸਿੰਘ ਜੀ ਨੇ ਅਗੇ ਛਿਮਾ ਬਾਬਲ ਦੇ ਹਮਲੇ ਸਮੇਂ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਹੋ ਜਿਹੀ ਸੀ ਇਹਦਾ ਸਵਾਲ ਹੈ ਕਿ ਬਹੁਤ ਤਰਸਯੋਗ ਸੀ ਮਤਲਬ ਮਾੜੀ ਸੀ ਅਕਸਤਮਾ ਗੁਰੂ ਨਾਨਕ ਦੇਵ ਜੀ ਨੇ ਕਿਸ ਮੁਗਲ ਬਾਸ ਨੇ ਗ੍ਰਿਫਤਾਰ ਕੀਤਾ ਸੀ ਮਤਲਬ ਗੁਰੂ ਨਾਨਕ ਦੇਵ ਜੀ ਨੂੰ ਜੀ ਨੂੰ ਕਿਸ ਮੁਗਲ ਬਾਸ ਨੇ ਗ੍ਰਿਫਤਾਰ ਕੀਤਾ ਸੀ ਇਹਦਾ ਸਵਾਲ ਬਾਬਰ ਨੇ ਅਗਯਥਮਾ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸ਼ਬਦ ਸਭ ਤੋਂ ਸਭ ਤੋਂ ਪਹਿਲਾਂ ਪ੍ਰਚਾਰ ਸ਼ੁਰੂ ਕੀਤਾ ਇਹਦਾ ਸਵਾਲ ਹੈ ਨਾ ਕੋਈ ਹਿੰਦੂ ਨਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨਾ ਅੱਗੇ ਨੰਬਰ 10 ਕਿਲਤੋ ਕੀ ਪਾਹ ਹੈ ਮਿਹਨਤ ਤੇ ਇਮਾਨਦਾਰੀ ਦੀ ਕਮਾਈ ਅੱਗੇ 11 ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦਾ ਨਾਮ ਦੱਸੋ ਇਹਦਾ ਜਵਾਬ ਹੈ ਦਾਤੂ ਤੇ ਦਸੂ ਅੱਗੇ 12 ਮਸਲ ਦੀ ਸਥਾਪਨਾ ਕਿਸ ਗੁਰੂ ਸਾਹਿਬਾਂ ਨੇ ਕੀਤੀ ਸੀ ਇਹਦਾ ਜਵਾਬ ਹੈ ਗੁਰੂ ਰਾਮਦਾਸ ਜੀ ਨੇ ਅੱਗੇ 13 ਗੁਰੂ ਅਰਜਨ ਅਰਜਨ ਸਾਹਿਬ ਜੀ ਕਿਸੇ ਕਿਸੇ ਇੱਕ ਮਹੱਤਵਪੂਰਨ ਪ੍ਰਾਪਤੀ ਦਾ ਵਰਣਨ ਕਰੋ ਅੰਮ੍ਰਿਤਸਰ ਵਿਖੇ ਮਦਸਬ ਦੀ ਸਥਾਪਨਾ ਅੱਗੇ 14 ਆਦੀ ਗ੍ਰੰਥ ਸਾਹਿਬ ਜੀ ਨੂੰ ਲਿਖਨ ਲਈ ਗੁਰੂ ਅਰਜਨ ਦੇਵ ਜੀ ਨੇ ਕਿਸ ਦਿਸ਼ਾਇਤ ਲਈ ਇਹਦਾ ਸਹਿਯੋਗ ਪਾਈ ਗੁਰਦਾਸ ਜੀ ਅਗੇ ਅਗੇ ਪ੍ਰਸ਼ਨ ਨੰਬਰ 14 ਗੁਰੂ ਹਰਗੋਬਿੰਦ ਜੀ ਦੁਆਲਾ ਨਵੀਂ ਨੀਤੀ ਅਪਣਾਉਣ ਦਾ ਕੋਈ ਇੱਕ ਗੰਦ ਦੱਸੋ ਇਹਦਾ ਸਵਰਜ ਗੁਰੂ ਅਰਜਨ ਦੇਵ ਜੀ ਦੀ ਸਹੀਦੀ ਅਕੀ 15ਵਾਂ ਸਿੱਖਾਂ ਦੇ ਕਿਸ ਗੁਰੂ ਨੂੰ ਬੱਦੀ ਛੋੜ ਬਾਬਾ ਆਖਿਆ ਜਾਂਦਾ ਹੈ ਇਹਦਾ ਸਵਰਜ ਗੁਰੂ ਹਰਗੋਬਿੰਦ ਜੀ ਸੌਰਮ ਹੈਗਾ ਗੁਰੂ ਹਰਗੋਬਿੰਦ ਜੀ ਨੇ ਕਿਸ ਨੂੰ ਆਪਣਾ ਉਤਰਾਧਿਕਾਰੀ ਅਧਿਕਾਰੀ ਬਨਾਇਆ ਜਸਹਿ ਜੋ ਗੁਰੂ ਹਰਿਦਾਇਨ ਨੂੰ ਲਗ ਸਤਾਰਮਾ ਗੁਰੂ ਹਰਿਦਾਇ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਕਾਬਲ ਕਿਸ ਨੂੰ ਭੇਜਿਆ ਸੀ ਇਧਰ ਦਾ ਅਨਸਰ ਆਜੂ ਉੱਤਰ ਹੈਗੇ ਦਾ ਭਾਈ ਗੋਦਾ ਜੀ ਨੂੰ ਕਿ ਧਰਮ ਗੁਰਗੱਦੀ ਤੇ ਬੈਠਣ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਜੀ ਨੂੰ ਕਿਸ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਹਦਾ ਅਨਸਰ ਹੈ ਰਾਮ ਰਾਏ ਕਿ 19ਵਾਂ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਮ ਕੀ ਸੀ ਇਹਦਾ ਸਦੋ ਤੇਗਮਲ ਅਗਿਵੀਮਾ ਹਿੰਦੂ ਦੀ ਚਦਰ ਕਿਸ ਗੁਰੂ ਸਾਹਿਬਾਨ ਨੂੰ ਕਿਹਾ ਜਾਂਦਾ ਹੈ ਇਹਦਾ ਸਦੋ ਗੁਰੂ ਤੇਗ ਬਹਾਦਰ ਅਗੇ ਪਾ ਆੜਾ ਕੋਈ ਪੰਜ ਪ੍ਰਸ਼ਨ ਕੋਈ ਪੰਜ ਪ੍ਰਸ਼ਨ ਦੇ ਉੱਤਰ 30 ਤੋਂ 35 ਸ਼ਬਦਾਂ ਵਿੱਚ ਦਿਓ ਮਤਲਬ ਤੈਂ ਤੈਂ ਨੰਕਾ ਦੇ ਪ੍ਰਸ਼ਨ ਹੋਣਗੇ 21ਵੇਂ ਪਲੇਸਟਾ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਸਮੇਂ ਨਿਰਮਾਣ ਵਿੱਚ ਸਿੱਕਾ ਦਾ ਮਹੱਤਵ ਮੈਂ ਮੈਂ ਮਹੱਤਵ ਦੀ ਚਰਚਾ ਕਰੂੰਗਾ ਪੰਜਾਬ ਦੇ ਇਤਿਹਾਸ ਨਿਰਮਾਣ ਸਮੇਂ ਸਿੱਕਾ ਦੀ ਬੇਸ਼ੁਮਤ ਹੈ ਪੰਜਾਬ ਤੋਂ ਸਾਨੂੰ ਮੁਗਲ ਮੁਗਲਾਂ ਬੰਦਾ ਸਿੰਘ ਬਹਾਦਰ ਜੱਸਾ ਸਿੰਘ ਆਲੂਵਾਲੀਆ ਅਹਿਮਦ ਸਾਹਿਬ ਦਾਲੀਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਮਿਲੇ ਹਨ ਇਹ ਸਿੱਕੇ ਬਖਵਕਤਾ ਤੋਂ ਦੇ ਬਣੇ ਹੋਏ ਹਨ ਜਿੰਨਾ ਤੋਂ ਜਿੰਨੇ ਵਿੱਚ ਬਥੇ ਤੇ ਸਿੱਕੇ ਲਾਹੌਰ ਪਟਿਆਲਾ ਤੇ ਚੰਡੀਗੜ੍ਹ ਦੇ ਅਜਾਇਬ ਘਰਾਂ ਵਿੱਚ ਪਏ ਹਨ ਇਹ ਸਿੱਕੇ ਤਾਰੀਖਾ ਤੇ ਸਾਸ਼ਵ ਨਾਲ ਸੰਬੰਧੀ ਬਹੁਮੁੱਲਾ ਚੰਨਲ ਪਾਉਂ ਦਿਖਾਣਾ ਇਸਿੱਕੇ ਪੰਜਾਬ ਦੇ ਇਤਿਹਾਸ ਦੀਆਂ ਕਈ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਾਡੀ ਸਹਾਇਤਾ ਕਰਦੇ ਹਨ ਅੱਗੇ ਬਾਈ ਮੈਂ ਪ੍ਰਸ਼ਨ ਕਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅਖੀਲੇ 23 ਬਰੇ ਕਿੱਥੇ ਤੇ ਕਿਵੇਂ ਬਤੀਤ ਕੀਤੇ ਗੁਰੂ ਨਾਨਕ ਦੇਵ ਜੀ ਨੇ ਕਤਾਲਪੁਰ ਵਿਖੇ ਆਪਣੇ ਪਰਿਵਾਰ ਨਾਲ ਜੀਵਨ ਦੇ ਆਖਰੀ 18 ਸਾਲ ਬਤੀਤ ਕੀਤੇ ਇਸ ਸਮੇਂ ਦੌਰਾਨ ਗੁਰੂ ਗੁਰੂ ਦੀ ਗੁਰੂਦੇਵ ਜੀ ਦੀ ਸੰਗਤ ਤੇ ਪੰਗਤ ਨਾਂ ਦੀ ਸੰਸਥਾਵਾਂ ਦੀ ਸਥਾਪਨਾ ਕੀਤੀ ਸੰਗਤ ਤੋਂ ਭਾਵ ਇਕੱਠੇ ਹੋ ਕੇ ਰੋਜ਼ਾਨਾ ਗੁਰੂ ਜੀ ਦੇ ਉਪਦੇਸ਼ ਨੂੰ ਸੁਣਨ ਲਈ ਜੋਤੀਸੀ ਪੰਗਤ ਤੋਂ ਭਾਵ ਇੱਕ ਕਤਾਰ ਵਿੱਚ ਬੈਠ ਕੇ ਲੰਗਰ ਛਕਣ ਇਹਨਾਂ ਤੋਂ ਇਲਾਵਾ ਗੁਰੂ ਜੀ ਨੇ 970 ਸ਼ਬਦਾਂ ਦੀ ਰਚਨਾ ਵੀ ਕੀਤੀ ਅਗੇ ਤੀਵੇਂ ਪ੍ਰਸ਼ਨ ਹੈਗਾ ਮਨਜੀਦਾਲ ਦੇ ਮੁੱਖ ਕੰਮ ਕੀ ਸਨ ਪਹਿਲਾ ਹੈਗਾ ਉਹ ਸਿੱਖ ਧਰਮ ਦੇ ਪ੍ਰਚਾਲੀ ਅਨਥਕ ਯਤਨ ਕਰਦੇ ਸੀ ਦੂਸਰਾ ਹੈਗਾ ਉਹ ਗੁਰੂ ਸਾਹਿਬਾਨ ਦੇ ਹੁਕਮ ਨੂੰ ਸਿੱਖ ਸੰਗਤ ਤੱਕ ਪਹੁੰਚਾਉਂਦੇ ਸਨ ਤੀਸਰਾ ਹੈਗਾ ਉਸ ਲੋਕਾਂ ਨੂੰ ਧਾਰਮਿਕ ਸਿੱਖਿਆ ਦਿੰਦੇ ਸਨ ਅਤੇ ਗੁਰਮੁਖੀ ਭਾਸ਼ਾ ਨੂੰ ਪੜ੍ਹਾਉਂਦੇ ਸਨ ਅਗੇ 24 ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਾ ਮਹੱਤਵ ਲਿਖੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਾਰਨ ਸ਼ਾਂਤੀ ਨਾਰ ਰਹੀ ਰਹੇ ਸਿੱਖ ੜਕ ਉਥੇ ਉਹਨਾਂ ਨੂੰ ਇਹ ਸਪਸ਼ਟ ਹੋ ਗਿਆ ਕਿ ਹੁਣ ਸ਼ਸਤਰ ਚੁੱਕਨੇ ਬਹੁਤ ਜ਼ਰੂਰੀ ਹੈ ਨਾ ਇਸੇ ਕਾਰਨ ਹਰਗੋਬ지 ਨੇ ਨਵੀਂ ਨੀਤੀ ਅਪਣਾਈ ਉਨ੍ਹਾਂ ਨੇ ਮੀਡੀਆ ਤੇ ਪੀਰੀ ਨਾਂ ਦੀਆਂ ਦੋ ਤਰ੍ਹਾਂ ਬਣਾਤਾਂ ਕੀਤੀਆਂ ਗੁਰੂ ਅਰਜਨ ਦੇਵ ਜੀ ਸਿੱਖਾਂ ਅਤੇ ਮੁਗਲਾਂ ਵਿਚਕਾਰ ਚੱਲ ਰਹੇ ਮਿੱਤਰਤਾ ਪੂਰਵਕ ਸਬੰਧ ਦਾ ਅੰਤ ਹੋ ਗਿਆ ਇਸ ਤੋਂ ਬਾਅਦ ਸਿੱਖਾਂ ਅਤੇ ਮੁਗਲਾਂ ਵਿਚਕਾਰ ਇੱਕ ਲੰਬੇ ਸੰਘਰਸ਼ ਦੀ ਸੂਆਤ ਹੋਈ ਇਸ ਸੈਦ ਦੀ ਦੇ ਨੇ ਸਿੱਖਾਂ ਨੂੰ ਸੰਗਠਿਤ ਕਰਨ ਲਈ ਸਰੰਗਤ ਜੋਗ ਯੋਗਦਾਨ ਦਿੱਤਾ ਅੱਗੇ 25ਵਾਂ ਪ੍ਰਸ਼ਨ ਹੈਗਾ ਗੁਰੂ ਹਰਿਕ੍ਰਿਸ਼ਨ ਜੀ ਨੂੰ ਬਾਲ ਗੁਰੂ ਕਿਉਂ ਕਿਹਾ ਜਾਂਦਾ ਹੈ ਗੁਰੂ ਹਰਿਕ੍ਰਿਸ਼ਨ ਜੀ ਨੂੰ ਸਿੱਖਾਂ ਦੇ ਜੀ ਸਿੱਖਾਂ ਦੇ 8ਵੇਂ ਗੁਰੂ ਸਨ ਉਸ 1666 ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ ਸਨ ਉਸ ਉਸ ਸਮੇਂ ਆਪ ਜੀ ਕੇਵਲ ਪੰਜ ਬਰਿਆਂ ਦੇ ਸਨ ਇਸ ਕਾਰਨ ਆਪ ਨੂੰ ਬਲ ਗੁਰੂ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਗੁਰੂ ਹਰਿਕ੍ਰਿਸ਼ਨ ਜੀ ਦੇ ਬੱਦੇ ਭਰਾ RAM RAI DAU ਉਕ ਉਕਾ ਸਾਉਂਤੇ ਔਰੰਗਜ਼ੇਬ ਨੇ ਗੁਰੂ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਉਹਨਾਂ ਦਿਨਾਂ ਵਿੱਚ ਦਿੱਲੀ ਦੇ ਚੇਚਕ ਅਤੇ ਹੈਜਾ ਫੈਲਿਆ ਹੋਇਆ ਸੀ ਗੁਰੂ ਜੀ ਨੇ ਉੱਥੇ ਅਨੇਕਾਂ ਗਰੀਬਾਂ ਤੇ ਮਰੀਜ਼ਾਂ ਨੂੰ ਬਹੁਤ ਸੇਵਾ ਕੀਤੀ ਉਹ 30 ਮਾਰਚ 1604 ਦੇ ਵਿੱਚ ਜੋਤੀ ਜੋਤ ਸਮਾ ਗਏ ਕਿ ਸੇਵੀਂ ਵਿੱਚ ਪ੍ਰਸ਼ਨ ਹੈਗਾ ਗੁਰੂ ਤੇਗ ਬਹਾਦਰ ਜੀ ਬਹਾਦਰ ਸਾਹਿਬ ਦੀ ਯਾਤਰਾ ਦਾ ਸੰਖੇਪ ਬੀਰਵਾ ਦਿਓ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਗੁਰਗੱਦੀ ਤੇ ਸਮੇਂ ਸਿ ਪੰਜਾਬ ਤੇ ਬਾਹਰ ਦੇ ਬਾਹਰ ਦੇ ਦੇਸ਼ਾਂ ਦੀ ਅਨੇਕਾਂ ਯਾਤਰਾਵਾਂ ਕੀਤੀਆਂ ਗੁਰੂ ਸਾਹਿਬ ਦੀਆਂ ਯਾਤਰਾਮ ਦਾ ਉਪਦੇਸ਼ ਇਕਤਰਮ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਪ੍ਰਚਾਰ ਕਰਨਾ ਸੀ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਆਪਣੇ ਯਾਤਰਾਮ 1734 ਵੀ ਵਿੱਚ ਅਮੇਸ਼ਾ ਤੋਂ ਸ਼ੁਰੂ ਕੀਤਾ ਇਸ ਤੋਂ ਬਾਅਦ ਬਾਅਦ ਗੁਰੂ ਸਾਹਿਬ ਨੇ ਆਪਣੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਅਨੇਕਾਂ ਸਥਾਨਾਂ ਦੇ ਯਾਤਰਾਵਾਂ ਕੀਤੀਆਂ ਗੁਰੂ ਸਾਹਿਬ ਦੀ ਇਹਨਾਂ ਯਾਤਰਾ ਮਕਾਨ ਸਿੱਖ ਸਿੱਖ ਧਰਮ ਬਹੁਤ ਹਰਮਨ ਪਿਆਰਾ ਹੋ ਗਿਆ ਭਾ ਇਹੜੀ ਪਹਿਲੇ ਨੂੰ ਪਹਿਲੇ ਨੂੰ পড়ੋ ਉਹ ਤੁਦ ਦਿਓ ਆ ਪੈਰਾ ਦੇਖਿਆ ਹੋਇਆ ਇਹਨੂੰ ਤੁਸੀਂ ਪੜਨਾ ਤੇ ਇਹਦੇ ਵਿੱਚ ਜੋ ਪੰਜ ਪ੍ਰਸ਼ਨ ਪੁੱਛੇ ਜਾਣਗੇ ਉਹਨਾਂ ਦੇ ਹਾਸਾ ਦੇਣੇ ਮੈਂ ਤਾਂ ਉਹ ਪਹਿਲਾਂ ਨਹੀਂ ਪੜਕ ਕੇ ਸੁਣਾਉਂ ਤੱਕ ਕਲਿਆਨ ਸਾ ਦੇ ਉਪਰਚਾ ਦੇ ਉੱਤਰ ਦੱਸਣੋਂ ਪਹਿਲੇ ਹੈਗਾ ਆਂਦੀ ਗ੍ਰੰਥ ਸਾਹਿਬ ਦਾ ਸੰਕਲਨ ਸੰਕਲਨ ਕਦੋਂ ਕੀਤਾ ਗਿਆ ਇਹਦਾ ਅਸਰ ਜੋ ਆਂਦੀ ਗ੍ਰੰਥ ਸੰ ਸਾਹਿਬ ਦਾ ਸੰਕਰਨ 1640 ਵਿੱਚ ਹੋਇਆ ਦੂਸਰਾ ਹੈ ਆਦੀ ਗ੍ਰੰਥ ਸਾਈਂ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਕਿਸ ਗੁਰੂ ਸਾਹਿਬਾਨ ਸਾਹਿਬ ਨੇ ਦਿੱਤਾ ਇਹਦਾ ਸਵਾਲ ਹੈ ਆਦੀ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਅਗਲਾ ਤੀਜਾ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਇਹਦਾ ਸਵਾਲ ਹੈ ਸੀ ਅਗਲਾ ਚੌਥਾ ਆਦੀ ਗ੍ਰੰਥ ਸਾਹਿਬ ਜੀ ਦਾ ਕੋਈ ਹੋਰ ਮਹੱਤਵ ਦੱਸੋ ਇਹ ਸਰਬ ਸੰਜੀਵ ਬਾਲਤਾ ਦਾ ਸੰਦੇਸ਼ ਹੈ ਅਗਲਾ ਪੰਜਵਾਂ ਆੰਦੀ ਗ੍ਰੰਥ ਸਾਹਿਬ ਦਾ ਸੰਕਲਨ ਡੈਸ਼ ਨੇ ਕੀਤਾ ਸੀ ਇਹਦਾ ਸੇ ਗੁਰੂ ਅਰਜਨ ਦੇਵ ਜੀ ਨੇ ਅੱਗੇ ਆਗੇ ਪਾਖ ਸਸਾ ਹੈ 3 ਕੇ ਪ੍ਰਸ਼ਨ ਦੇ ਉੱਤਰ 100 ਤੋਂ 200 ਸ਼ਬਦਾਂ ਵਿੱਚ ਦਿਓ ਆ ਪੰਜ ਪ੍ਰਸ਼ਨ ਹਨ ਇਹਨਾਂ ਨੂੰ ਤੁਸੀਂ ਅਨਸਰ ਦੇਣੇ ਹਨ ਪਹਿਲਾ ਹੈਗਾ ਥਾਈਮ ਪ੍ਰਸ਼ਨ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ ਪੰਜਾਬ ਆਪਨੇ ਪਗੋਲਿਕ ਸਥਿਤੀ ਕਾਰਨ ਪੰਜਾਬ ਸਦੀਆਂ ਤੱਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਰਿਹਾ ਹੈ ਇਸ ਨੂੰ ਉੱਤਰ-ਪੱਛਮ ਵੱਲ ਖੈਬਰ, ਕੁਰਮਤੋਚੀ ਅਤੇ ਬੋਰਾਨ ਨਾਂ ਦੇ ਦਰਿਆ ਸਥਿਤ ਹਨ ਇਹਨਾਂ ਦਰਿਆ ਨੂੰ ਪਾਰ ਕਰਨਾ ਕੋਈ ਔਖਾ ਕੰਮ ਨਹੀਂ ਸੀ ਇਸ ਲਈ ਪ੍ਰਾਚਨ ਕਾਲ ਤੋਂ ਹੀ ਵਿਦੇਸ਼ੀ ਹਮਲਾਵਰ ਇਹਨਾਂ ਦਰਿਆ ਨੂੰ ਪਾਰ ਕਰਕੇ ਭਾਰਤ ਉਤੇ ਹਮਲਾ ਕਰਦੇ ਰਹੇ ਅਰੇ ਰਣਨੀਆ ਦੁਰਾਨੀਆਂ ਕੁਸਾਨਾ ਹੂਨਾ ਤੁਰਕਾ ਮੁਗਲਾਂ ਤੇ ਦੁਰਾਨੀਆਂ ਨੇ ਇਸ ਨੇਸਦ ਅਸਤੇ ਤੋਂ ਬੇਸਿਕ ਕਰਕੇ ਵਿਸ਼ ਕਰਕੇ ਭਾਲ ਤੋਤੇ ਹਮਲਾ ਕੀਤਾ ਪਰ ਵਿਸ਼ ਕਰਕੇ ਭਾਲ ਤੇ ਹਮਲਾ ਕੀਤਾ ਇਹਨਾਂ ਹਮਲਾਵਰਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਸੰਗ੍ਰਹਿ ਕਰਨਾ ਪਿਆ ਪੰਜਾਬ ਤੇ ਜਿੱਤਕ ਪ੍ਰਾਪਤ ਕਰਨ ਤੋਂ ਕਰਨ ਦੇ ਬਾਅਦ ਹੀ ਉਹ ਅੱਗੇ ਕਦਮ ਵਧਾ ਸਕਿਆ ਅਸਲ ਵਿੱਚ ਪੰਜਾਬ ਦੀ ਜਿੱਤ ਹੀ ਇਹਨਾਂ ਹਮਲਾਵਰਾਂ ਨੂੰ ਭਾਰਤ ਦੀ ਜਿੱਤ ਪ੍ਰਦਾਨ ਕਰਦੀ ਸੀ ਇਸ ਕਾਰਨ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਸੀ ਅਗਿ 29ਵਾਂ ਪ੍ਰਸ਼ਨ ਹੈ ਬਾਬਲ ਨੇ ਸ਼ਾਦਾਪੁਰ ਤੇ ਹਮਲਾ ਹਮਲਾ ਕੀਤਾ ਤਦੋਂ ਹਮਲਾ ਕੀਤਾ ਸਿੱਖ ਇਤਿਹਾਸ ਵਿੱਚ ਇਸ ਹਮਲੇ ਦਾ ਕੀ ਮਹੱਤਵ ਹੈ ਬਾਬਰ ਨੇ ਸੈਦਪੁਰ ਤੇ ਥਾਂਸ ਮਤਲਬ 1520 ਦੇ ਵਿੱਚ ਹਮਲਾ ਕੀਤਾ ਇੱਥੇ ਦੇ ਲੋਕ ਬਾਬਲ ਦਾ ਮੁਕਾਬਲਾ ਕੀਤਾ ਇੱਥੇ ਦੇ ਲੋਕਾਂ ਨੇ ਬਾਬਲ ਦਾ ਮੁਕਾਬਲਾ ਕੀਤਾ ਸਿੱਤੇਵਜੋ ਬਾਬਲ ਨੂੰ ਗੁੱਸਾ ਗੁੱਸੇ ਵਿੱਚ ਆ ਕੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਕਤਲ ਕਲ ਦਿੱਤਾ ਅਤੇ ਲੁੱਟਮਾਰ ਕਰਨ ਮਗਰੋਂ ਉਹਨਾਂ ਨੇ ਮਕਾਨਾਂ ਤੇ ਮਹਿਲਾ ਨੂੰ ਅੱਗ ਮਹਿਲਾ ਨੂੰ ਅੱਗ ਲਗਾ ਦਿੱਤੀ ਖਜ਼ਾਨੇ ਛਿੜਿਆ ਨੂੰ ਗਿਫਤਾ ਕਰ ਲਿਆ ਅਤੇ ਉਹਨਾਂ ਨੇ ਬਦਲ ਸ਼ਰੂਕੀ ਕੀਤੀ ਗਈ ਗੁਰੂ ਨਾਨਕ ਗੁਰੂ ਨਾਨਕ ਦੇਵ ਜੀ ਜੋ ਇਸ ਸੈਦਪੁਰ ਵਿੱਚ ਸੈਦਪੁਰ ਵਿੱਚ ਹਿਸ਼ਾਨ ਨੇ ਬਾਬਲ ਦੀਆਂ ਫੌਜਾਂ ਵੱਲੋਂ ਲੋਕਾਂ ਤੇ ਕੀਤੇ ਗਏ ਤੇਚਾਰਾ ਦਾ ਬਰਨਰ ਬਾਬਰ ਬਾਨੀ ਵਿੱਚ ਕੀਤਾ ਹੈ ਬਾਬਲ ਦੀਆਂ ਫੌਜਾਂ ਨੇ ਗੁਰੂ ਨਾਨਕ ਨਾਨਕ ਸਾਹਿਬ ਜੀ ਨੂੰ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਬਾਅਦ ਵਿੱਚ ਜਦੋਂ ਬਾਬਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੁਸਨ ਦੀਆਂ ਫੌਜਾਂ ਨੇ ਕਿਸੇ ਸ਼ਤ ਮਹਾਪੁਰਖ ਪੁਸ਼ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਉਸਨੇ ਫੌਰਨ ਉਹਨਾਂ ਨੂੰ ਰਿਹਾਈ ਦਾ ਹੁਕਮ ਦਿੱਤਾ ਬਾਬਲ ਨੇ ਆਪਣੀ ਆਤਮਕਥਾ ਤਜ ਕੇ ਬਾਬਰੀ ਵਿੱਚ ਲਿਖਿਆ ਹੈ ਕਿ ਜੇ ਉਸ ਨੂੰ ਪਤਾ ਹੁੰਦਾ ਕਿ ਉਸ ਸਹਿਰ ਵਿੱਚ ਅਜੀਹਾ ਮਹਾਤਮਾ ਮਹਾਤਮਾ ਰਹਦਾ ਹੈ ਤਾਂ ਉਹ ਕਦੀ ਵੀ ਸਹਿਰ ਤੇ ਹਮਲਾ ਨਾ ਕਰਦਾ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਦੇ ਕਹਿੰਦੇ ਬਾਬਲ ਨੇ ਬਹੁਤ ਸਾਰੇ ਹੋਰ ਨੇ ਦੋਸਤ ਲੋਕਾਂ ਨੂੰ ਵੀ ਰਿਹਾਈ ਕਰ ਦਿੱਤਾ ਕਿ 3 ਮੇ ਪ੍ਰਸ਼ਨ ਹੈਗਾ ਉਦassies ਤੋਂ ਕਿਹਾ ਗੁਰੂ ਨਾਨਕ ਦੇਵ ਜੀ ਦੇ ਉਦassies ਦੇ ਉਦassies ਦੇ ਕੀ ਉਦੇਸ਼ ਹਨ ਗੁਰੂ ਨਾਨਕ ਦੇਵ ਜੀ ਦੀਆਂ ਉਦਸ਼ਿਆ ਤੋਂ ਭਾਵ ਉਹਨਾਂ ਦੀ ਯਾਤਰਾਵਾਂ ਤੋਂ ਸੀ ਗੁਰੂ ਨਾਨਕ ਦੇਵ ਜੀ ਦੀ ਉਦਸ਼ਿਆ ਦਾ ਪ੍ਰਮੁੱਖ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਤੇ ਅਧਿਵਿਸ਼ਵਾਸ ਨੂੰ ਦੂਰ ਕਰਨਾ ਸੀ ਉਹ ਇੱਕ ਪਰਮਾਤਮਾ ਦੀ ਪੂਜਾ ਤੇ ਆਪਸੀ ਭਾਈਚਾਰੇ ਦੇ ਸੰਦੇਸ਼ ਆਮ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ ਉਸ ਸਮੇਂ ਹਿੰਦੂ ਤੇ ਮੁਸਲਮਾਨ ਦੋਵੇਂ ਹੀ ਇਸ ਧਰਮ ਦੇ ਅਸਲੀ ਸਿਧਾਂਤਾਂ ਨੂੰ ਭੁੱਲ ਕੇ ਆਪਣੇ ਮਾਰਗ ਤੋਂ ਭਟਕ ਚੁੱਕੇ ਸਨ ਪੁਜਾਰੀ ਬਰਗ ਜਿਸ ਦਾ ਪ੍ਰਮੁੱਖ ਕੰਮ ਭਟਕੇ ਹੋਏ ਲੋਕਾਂ ਨੂੰ ਠੀਕ ਮਾਰਗ ਵਿਖਾਉਣਾ ਸੀ ਉਹ ਆਪ ਹੀ ਪ੍ਰਸਤ ਹੋ ਚੁੱਕੇ ਸਨ ਜਿ ਦਰਧਰਮ ਦੇ ਠੇਕੇ ਦਾ ਆਪਸ ਨੇਰੇ ਵਿੱਚ ਭਟਕ ਰਹੇ ਹੋਂ ਤਾਂ ਆਮ ਲੋਕਾਂ ਦੀ ਸਥਿਤੀ ਬਾਰੇ ਆਸਾਨੀ ਨਾਲ ਅੰਦਰਜ ਲਗਾਇਆ ਜਾ ਸਕਦਾ ਹੈ ਲੋਕਾਂ ਨੇ ਅਨਗਿਤ ਦੇਵੀ ਦੇਵਤਿਆਂ ਕਬਰਾਂ ਰੁੱਖਾਂ ਕਬਰਾਂ ਰੁੱਖਾਂ ਸੱਪਾਂ ਤੇ ਪੱਥਰਾਂ ਦੀ ਤੇ ਪੂਜਾ ਸ਼ੁਰੂ ਕਰ ਦਿੱਤੀ ਸੀ ਇਸ ਲਈ ਧਰਮ ਦੀ ਸੱਚੀ ਭਾਵਨਾ ਖਤਮ ਹੋ ਚੁੱਕੀ ਸੀ ਸਮਾਜ کئی ਜਾਤਾਂ ਤੋਂ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ ਇਸ ਜਾਤੀ ਦੇ ਲੋਕ ਦੂਜੀ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ ਸਮਾਜ ਵਿੱਚ ਸਮਾਜ ਵਿੱਚ ਇਸਤਿਆ ਦੀ ਹਾਲਤ ਬਹੁਤ ਤਸਜੋਕ ਸੀ ਉਹਨਾਂ ਨੂੰ ਪੁੱਸ ਦੇ ਬਰਾਬਰ ਨਹੀਂ ਸਮਝੇ ਜਾਂਦਾ ਸੀ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਨੇ ਗਿਆਨ ਤਾਂ ਦੇਖਣੇ ਵਿਚਪਤ ਕਰਦੇ ਲੋਕਾਂ ਨੂੰ ਰੋਸ਼ਨੀ ਦਾ ਇੱਕ ਨਵਾਂ ਮਾਰਗ ਦੱਸਣ ਲਈ ਆਪਣੀ ਯਾਤਰਾਵਾਂ ਕੀਤੀਆਂ 31ਵਾਂ ਪ੍ਰਸ਼ਨ ਹੈ ਪ੍ਰਿਥਵੀ ਚੰਦ ਕੌਣ ਸੀ ਉਸਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਿਉਂ ਕੀਤਾ ਪ੍ਰਿਥਵੀ ਚੰਦ ਜਾਂ ਪ੍ਰਿਥੀਆ ਗੁਰੂ ਰਾਮਦਾਸ ਜੀ ਦਾ ਸਭ ਤੋਂ ਵੱਡਾ ਪੁੱਤਰ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਵੱਡਾ ਭਰਾਸੀ ਉਸ ਨੇ ਮੀਨਾ ਸੰਪਰਦਾਇ ਦਾਈ ਦੀ ਸਥਾਪਨਾ ਕੀਤੀ ਸੀ ਉਹ ਬੜਾ ਸਵਾਰਥੀ ਅਤੇ ਲਾਲਚੀ ਸੁਭਾਅ ਦਾ ਸੀ ਇਸ ਕਾਰਨ ਉਹ ਗੁਰੂ ਰਾਮਦਾਸ ਜੀ ਨੂੰ ਉਸ ਨੂੰ ਗੁਰਗੱਦੀ ਸੌਂਪਣ ਦੀ ਬਜਾਏ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪੀ ਪ੍ਰਿਥਵੀ ਚੰਦ ਇਹ ਸੁਣ ਕੇ ਗੁੱਸੇ ਵਿੱਚ ਤੇ ਮਿਲਾ ਉੱਥੇ ਉਹ ਤਾਂ ਗੁਰਗੱਦੀ ਤੇ ਬੈਠਲੇ ਕਾਫੀ ਸਮੇਂ ਤੋਂ ਸੁਪ੍ਰਿੰਦ ਲੈ ਰਿਹਾ ਸੀ ਸਿੱਤੇਬਜ ਗੁਰਗੱਦੀ ਨੂੰ ਪ੍ਰਾਪਤ ਕਰਨ ਲਈ ਉਸਨੇ ਗੁਰੂ ਅਰਜਨ ਸਾਹਿਬ ਦਾ ਦਾ ਖੁੱਲ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਸਦੇ ਐਲਾਨ ਕੀਤਾ ਕਿ ਉਦੋਂ ਤੱਕ ਚਾਹ ਨਹੀਂ ਨਹੀਂ ਬੈਠੇਗਾ ਜਦ ਤੱਕ ਗੁਰੂ ਤੱਕ ਉਸ ਨੂੰ ਗੁਰਗੱਦੀ ਨਹੀਂ ਪ੍ਰਾਪਤ ਹੋ ਜਾਂਦੀ ਉਸ ਦਾ ਖਿਆਸੀ ਗੁਰੂ ਅਰਜਨ ਸਾਹਿਬ ਸਾਹਿਬ ਤੋਂ ਬਾਦ ਗੁਰਗੱਦੀ ਉਸ ਦੇ ਪੁੱਤਰ ਮਹਾਰਾਜ ਨੂੰ ਜਰੂਰ ਮਿਲੇਗੀ ਪਰ ਜਦੋਂ ਗੁਰੂ ਸਾਹਿਬ ਨੇ ਦੇਵ ਕਰ ਹਰਗੋਬਿੰਦ ਨਾਮ ਦਾ ਗੋਬਿੰਦ ਨਾਨ ਦਾ ਜਨਮ ਹੋਇਆ ਤਾਂ ਉਸ ਦੇ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਇਸ ਲਈ ਉਹ ਅਰਜਨ ਸਾਹਿਬ ਦਾ ਜਾਨੀ ਦੁਸ਼ਮਣ ਬਣ ਗਿਆ ਉਸ ਨੇ ਮੁਗਲ ਅਧਿਕਾਰੀਆਂ ਨਾਲ ਮਿਲ ਕੇ ਗੁਰੂ ਅਰਜਨ ਦੇ ਗੁਰੂ ਅਰਜਨ ਸਾਹਿਬ ਵਿਰੁੱਧ ਸਾਰ ਸਾਰ ਰਚਨਾ ਸ਼ੁਰੂ ਕਰ ਦਿੱਤੀ ਐ ਇਸ ਦਿਆਂ ਕਈ ਸਾਜਾ ਗੁਰੂ ਅਰਜਨ ਸਾਹਿਬ ਦੀ ਸਹੀਦੀ ਦਾ ਇੱਕ ਮੁੱਖ ਕਾਰਨ ਬਣੀ ਸੀ ਅਗੇ ਤੀਰਮਲ ਸਬੰਧੀ ਇੱਕ ਸੰਖੇਪ ਨੋਟ ਲਿਖੋ ਤੀਰਮਲ ਗੁਰੂ ਹਰੀ ਰਾਏ ਜੀ ਦਾ ਬੜਾ ਭਰਾ ਸੀ ਉਹ ਕਾਫੀ ਸਮੇਂ ਤੋਂ ਗੁਰਗੱਦੀ ਲੈਣ ਜਾਂਚਣ ਕਰ ਲਿਆ ਸੀ ਬਕਾਲਾ ਬਕਾਲੇ ਵਿਖੇ ਜੋ ਬਖ ਬਖ ਬਾਈ ਮੰਦਿਰ ਸਥਾਪਨਾ ਹੋਈਆਂ ਹੋਇਆ ਉਹਨਾਂ ਵਿੱਚੋਂ ਇੱਕ ਤੀਰਮਲ ਦੀ ਵੀ ਸੀ ਜਦੋਂ ਤੀਰਮਲ ਨੂੰ ਇਹ ਖਬਰ ਮਿਲੀ ਕਿ ਸਿੱਖ ਸੰਗਤਾਂ ਨੇ ਇੱਕ ਬਹਾਦਰ ਨੂੰ ਆਪਣਾ ਗੁਰੂ ਮੰਨ ਲਿਆ ਹੈ ਤਾਂ ਉਹ ਗੁੱਸੇ ਵਿੱਚ ਕੋਈ ਹੱਦ ਨਾ ਰਹੀ ਉਸ ਕੋਈ ਗੁੱਸੇ ਦੀ ਕੋਈ ਹੱਦ ਨਾ ਰਹੀ ਉਸ ਨੇ ਸੀ ਨਾਮੀ ਕਮਸਦ ਨਾਲ ਗੁਰੂ ਮਿਲ ਕੇ ਗੁਰੂ ਨੂੰ ਮਾਰਨ ਦਾ ਯੋਜਨਾ ਬਣਾਈ ਇੱਕ ਦਿਨ ਮੀ ਅਤੇ ਉਸ ਦੇ ਹਥਿਆਰਬੰਦ ਗੁੰਡਿਆਂ ਨੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਇਸ ਹਮਲੇ ਦੇ ਦੌਰਾਨ ਗੁਰੂ ਸਾਹਿਬ ਦੇ ਮੋਢੇ ਤੇ ਇੱਕ ਗੋਲੀ ਲੱਗੀ एक गोली लगी जिस कारण वह जख्मी हो गए पर शांत बने बने रहे मी मी साथ मी साथिया ने गुरु साहब का बहुत सारा समान लुट लिया इस घटना कारण सिख बड़े रूप रूह आए ਉਹਨਾਂ ਨੇ ਮੱਖਣ ਸਾਧ ਦੀ ਅਗਵਾਈ ਵਿੱਚ ਤੀਰਮਲ ਦੇਕਰ ਹਮਲਾ ਕਰ ਦਿੱਤਾ ਉਹਨਾਂ ਨੇ ਨਾ ਸਿਰਫ ਤੀਰਮਲ ਤੇ ਉਸੇ ਉਸੇ ਅਤੇ ਸੀ ਨੂੰ ਗ੍ਰਿਫਤ ਕਾ ਕੇ ਗੁਰੂ ਸਾਹਿਬਾਂ ਕੋਲਿਆਂ ਦਸਾ ਗੋ ਗੁਰੂ ਸਾਹਿਬਾ ਸਾਹਿਬ ਦਲ ਲੁੱਟਿਆ ਹੋਇਆ ਸਮਾਨ ਵੀ ਵਾਪਸ ਲੈ ਆਂਦਾ ਤੀਰਮਲ ਤੇ ਮੀਂ ਮੀਂ ਦੁਆਰਾ ਕਾਫੀ ਮੰਗਨ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਭਗਹਾ ਇਿੱਥੇ ਕੋਈ ਨਕਸ਼ੇ ਨਕਸ਼ੇ ਵਿੱਚ ਸ੍ਰੀ ਗੁਰੂ ਸ੍ਰੀ ਗੋਬੀ ਸਿੰਘ ਜੀ ਦੇ ਪੰਜ ਲੜਾਈਆਂ ਦਾ ਸਥਾਨ ਦਿਖਾਉ ਉਤਿਹਾਰ ਦੇਖੋ ਪਹਿਲੇ ਗਾ ਪਗਾਨੀ ਦੀ ਲੜਾਈ 22 ਨੰਬਰ 1688 ਵਿੱਚ ਦੇਨਪੰਗ ਵਾਲੇ ਦੇਨਪੰਗਾਨੀ ਵਿਖੇ ਗੁਰੂ ਗੋਬੀ ਸਿੰਘ ਜੀ ਦੀ ਫੌਜ ਤੇ ਪਹਾੜੀ ਰਾਜਿਆਂ ਦਾ ਹਮਲਾ ਕਰ ਦਿੱਤਾ ਇਸ ਲੜਾਈ ਵਿੱਚ ਸਡੋਰਾ ਨੇ ਪੀਰ ਬੰਦੂਸਾਨ ਨੇ ਆਪਣੇ ਸੈਨਿਕਾਂ ਸਮੇਤ ਗੁਰੂ ਜੀ ਦਾ ਸਾਥ ਦਿੱਤਾ ਸਿੱਖਾਂ ਦਾ ਜੋ ਉਸ ਅੱਗੇ ਪਹਾੜੀ ਰਾਜ ਨਾ ਤਿਕ ਸਕੇ ਉਹ ਮੈਦਾ ਸ਼ੱਦ ਕੇ ਭਜਨ ਵਿੱਚ ਮਜਬੂਰ ਹੋ ਗਏ ਇਸ ਸ਼ਾਨਦਾਰ ਜਿੱਤ ਨਾਲ ਸਿੱਖਾਂ ਦੇ ਹੌਂਸਲੇ ਬਹੁਤ ਵੱਧ ਗਏ ਅਗੇ ਨਾ ਦੂਨ ਦੀ ਲੜਾਈ 1690 ਵਿੱਚ ਪੰਗਾਨੀ ਦੀ ਲੜਾਈ ਵਿੱਚ ਹਾਂ ਤੋ ਬੜ ਪਹਾੜੀ ਰਾਜਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮਿੱਤਾਂ ਤਾਂ ਕਰ ਲਈ ਉਹਨਾਂ ਨੇ ਮੁਗਲ ਦਸਰਾਨਾ ਖਿਰਾਜ ਤੇ ਭੇਜਣਾ ਬੰਦ ਕਰ ਦਿੱਤਾ ਇਸ ਕਾਰਨ ਖਾਲੀਫਾ ਖਾਨ ਨੇ ਅਧੀਨ ਇੱਕ ਫੌਜ ਪਹਾੜੀ ਰਾਜਿਆਂ ਦੇ ਵਿਰੁੱਧ ਭੇਜੀ ਸੀ ਉਸ ਨੇ 20 ਮਾਰਚ 1690 ਨੂੰ ਪਹਾੜੀ ਰਾਜਿਆਂ ਦੇ ਨੇਤਾ ਭੀਮਚੰਦ ਦੀ ਸੈਨਾ ਦੇ ਨਾਲ ਦੋਨ ਵਿਖੇ ਹਮਲਾ ਕਰ ਦਿੱਤਾ ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਭੀਮਚੰਦ ਦਾ ਸਾਥ ਦਿੱਤਾ ਇਸ ਸੰਜੀਫ ਫੌਜ ਨੇ ਮੁਗਲਾਂ ਫੌਜ ਨੂੰ ਹਰਾ ਦਿੱਤਾ ਇਹ ਕਿ ਤੀਜਾ ਹੈਗਾ ਸ੍ਰੀ ਅਨੰਦਪੁਰ ਸਾਹਿਬ ਦੀ ਪਹਿਲੀ ਲੜੈ ਸਟਾਫ 1 ਸੋ 99 ਵਿੱਚ ਖਾਸਾ ਪੰਥ ਦੀ ਸਿਲ ਜਿਨ੍ਹਾਂ ਦੇ ਸਿੱਤੇ ਵਜੋਂ ਵੱਡੀ ਕੀਰਤ ਵਿੱਚ ਲੋਕਾਂ ਸਿੱਖ ਪੰਥ ਵਿੱਚ ਸ਼ਾਮਿਲ ਹੋਣ ਲੱਗੇ ਗੁਰੂ ਜੀ ਦੀ ਵੱਧਦੀ ਹੋਈ ਸ਼ਕਤੀ ਨੂੰ ਵੇਖ ਕੇ ਕਹੀ ਲੋਰ ਦੇ ਦਾਜਾ ਪੀਮ ਪੀਮ ਚੰਦ ਨੇ ਗੁਰੂ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲਾ ਖੋਲ੍ਹਿਆ ਖਾਲੀ ਕਰਨ ਲਈ ਕਿਹਾ ਗੁਰੂ ਜੀ ਨੇ ਇਨਕਾਰ ਕਰਨ ਤੇ ਪੀਮ ਚੰਦ ਨੇ ਉਹਨਾਂ ਦੇ ਸਾਥੀ ਪਹਾੜੀ ਸਾਥੀ ਪਹਾੜੀ ਰਾਜਿਆਂ ਨੂੰ ਰਾਜੇ ਨਿਸ਼ਾਸਿਕ ਵਿਚਨੰਦਪੂ ਸਾਹਿਬ ਨੂੰ ਸਾਈਬ ਕਿਹਤੇ ਉਤੇ ਹਮਲਾ ਕਰ ਦਿੱਤਾ ਪਰ ਸਫਲਤਾ ਨਾ ਮਿਲਣ ਕਰ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਸੰਧੀ ਕਰ ਲਈ ਗਨੰਦਪੂ ਸਾਹਿਬ ਦੀ ਦੂਜੀ ਲੜਾਈ ਸਤਾਂ ਸੂਚਾਰਜ ਪਾੜੀ ਰਾਜੇ ਗੁਰੂ ਗੋਬੀ ਸਿੰਘ ਜੀ ਤੋਂ ਆਪਣੇ ਹਰ ਦਾ ਅਪਮਾਨ ਨੂੰ ਬਦਲਾ ਲੈਣਾ ਚਾਹੁੰਦੇ ਛਾੜ ਇਸ ਸੰਦੇਸ਼ ਇਸ ਸੰਦੇਸ਼ ਨਾਲ ਉਹਨਾਂ ਨੇ ਮੋਗਲ ਫੌਜਦਾਰ ਮਿਲ ਕੇ 104 ਬਿਚਨ ਦੇ ਪੁਸਾਹੀ ਤੇ ਦੇ ਕੇ ਦਿੱਤੇ ਦੂਸਰੀ ਵਾਰ ਹਮਲਾ ਕਰ ਦਿੱਤਾ ਸਿੱਖਾਂ ਦੇ ਕਿਲੇ ਦੇ ਅੰਦਰ ਇਸ ਫੌਜਦਾਰ ਦੱਤ ਕੇ ਮੁਕਾਬਲਾ ਕੀਤਾ ਸਫਲਤਾ ਨਾ ਮਿਲਦੀ ਵੇਖ ਕੇ ਸਾਹੀ ਫੌਜੇ ਇੱਕ ਨੇ ਇੱਕ ਚਾਰ ਇੱਕ ਚਾਰ ਚੜੀ ਉਹਨਾਂ ਨੇ ਚੌਥੀ ਅਕਸਮਾ ਖਾਇਆ ਕਿ ਗੁਰੂ ਜੀ ਨੂੰ ਇਹ ਕਿਹਾ ਕਿ ਜੇਕਰ ਉਹ ਕਿਲਾ ਛੱਦ ਦਿਨ ਤਾਂ ਉਹ 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 ਉਹਨਾਂ ਨੂੰ ਕੁਝ ਵੀ ਨਹੀਂ ਕਰੇਗਾ ਇਸ ਲਈ ਗੁਰੂ ਜੀ ਨੇ ਮਾਤਾ ਗੋਜ ਦਿੱਤਾ ਹੋਰ ਸਿੱਖਾਂ ਨੂੰ ਬੇਨਤੀ ਬੇਨਤੀ ਤੇ ਕਿਲਾ ਛੱਦਨ ਦਾ ਫੈਸਲਾ ਕੀਤਾ ਅਗੇ ਪੰਜ ਚ ਚ ਕੋ ਸਾਹਿਬ ਦੀ ਲੜੈ 740 ਵਿੱਚ ਗੁਰੂ ਗੋਬੀ ਸਿੰਘ ਜੀ ਨੇ ਆਪਣੇ 40 ਸਿੱਖਾਂ ਨਾਲ ਚਮਕੋ ਸਾਹਿਬ ਦੇ ਗੁਰੂ ਜੀ ਗੜੀ ਵਿੱਚ ਪਹੁੰਚੇ ਇੱਥੇ ਪਹੁੰਚੇ ਪਹੁੰਚੇ ਪਹੁੰਚਦੇ ਹੀ ਮੁਗਲ ਸੈਨਾ ਨੇ ਆਪਣਾ ਘੇਰਾ ਪਾ ਲਿਆ ਇੱਥੇ ਬੜੀ ਕਸਮਾਨ ਲੜਾਈ ਹੋਈ ਇਸ ਲੜਾਈ ਵਿੱਚ ਗੁਰੂ ਸਾਹਿਬਾਂ ਜੀ ਦੇ ਦੋ ਵੱਡੇ ਸਹਿਬਜ਼ਾਦ ਦੇ ਸਹਿਬਜ਼ਾਦ ਦੇ ਅਜੀਤ ਸਿੰਘ ਅਤੇ ਸਹਿਬਜ਼ਾਦ ਦਾ ਦੂਜਾ ਸਿੰਘ ਜੀ ਨੇ ਬਹਾਦਰੀ ਦਿੱਤੇ ਉਹ ਜੋਰ ਵਿਖਾਇਆ ਕਿ ਮੁਗਲ ਮੁਗਲ ਪਹਿਲਾਂ ਰਹੇਗੇ ਉਹ ਅੰਤਰ ਲੜਦੇ ਲੜਦੇ ਸੈਡ ਹੋ ਗਏ ਇਹ ਗੁਰੂਗੋਵ ਮਸ਼ੀਨ ਜੀ ਦੀ ਲੜਾਈ ਅਸਾਥਾ ਅਨਿਸ਼ਚੈ ਲੜਾਈ ਹੋਈ ਸੀ ਜਿੱਥੇ ਆ ਤੁਸੀਂ ਦੇਖ ਸਕਦੇ ਹੋ ਜਿੱਥੇ ਜਿੱਥੇ ਮਤਲਬ ਚੰਦ ਦੇ ਮਨਿਆ ਹੋਆ ਉਥੇ-ਉਥੇ ਲੜ ਰਹੀਆਂ ਹੋਈਆਂ ਨੇ ਪਹਿਨ ਬਦੋਂ ਦਿਖਾ ਦੇਣਾ ਆਤਰ ਬੰਦੀ ਸਾਬੂ ਆ ਤੁਸੀਂ ਦੇਖ ਸਕਦੇ ਹੋ ਤਰਬੰਦੀ ਸਾਬੂ ਖਿਦਰਾਣਾ ਪ੍ਰਧਾਨੀ ਨਨਮੂ ਸਾਹਿਤਿਲੀ ਚਮਕੋ ਸਾਈ ਆਸਾਨੀ ਸ਼ਾਨੀ ਤੁਸੀਂ ਦੇਖ ਸਕਦੇ ਹੋ ਨਨੋਨਾ ਬਸੂਲੀ ਉਥੋਂ ਸਾਫ਼ ਨਹੀਂ ਦਿਖ ਰਿਹਾ ਤੁਸੀਂ ਪਰ ਜੋ ਤੁਹਾਡੇ ਕੋਲ ਨਕਸ਼ੇ ਚ ਸਾਫ਼ ਹੋਗਾ ਜੇ ਜੇਕਰ ਤੁਹਾਨੂੰ ਇਹਦੀ ਪੀਡੀਐਫ ਚਾਹੀਦੀ ਹੈ ਤਾਂ ਆਪਣੇ ਟੈਲੀਗ੍ਰam ਚੈਨਲ ਤੇ ਜੁਆਇਨ ਹੋ ਜਾਓ ਉਹਦਾ ਲਿੰਕ ਤੁਹਾਨੂੰ ਡਿਸਕਰੀਪਸ਼ਨ ਚ ਮਿਲ ਜੂਗਾ ਤੇ ਆਪਾਂ ਫਿਰ ਮਿਲਾਂਗੇ ਇੱਕ ਅਗਲੀ ਵੀਡੀਓ ਚ ਥੈਂਕਸ ਫਰ ਪਹੁੰਚ ਗਏ ਪਲੀਜ਼ ਸਬਸਕ੍ਰਾਈਬ ਟੂ ਮਾਈ YouTube ਚੈਨਲ